ਪਾਣੀ ਤਾਂ ਪਿਆਸਾ ਸੀ ਨਾਨ ਤਾਂ ਤੰਗ ਸੀ ਨਾਨ ਤਾਂ ਤੰਗ ਸੀ ਕੱਪੜੇ ਤੋਂ ਲਾ ਦਿੱਤਾ ਸੀ ਨਾਨ ਲੱਗ ਪਾ ਸਾਡੇ ਬੱਚੇ ਨਾਲ ਬੜੀ ਮੈਨੂੰ ਖੁਸ਼ੀ ਬਹੁਤ ਖੁਸ਼ੀ ਯਾਨੀ ਕਿ ਆਨ ਅਸਲਾਮ ਅਲੈਕਮ ਆਲ ਦੇਖੇ ਨੀਚੇ ਮੁਬੀਨ ਭਾਈ ਯਾਨੀ ਕਿ ਨਾ ਆ ਇੱਟ ਦਾ ਯਾਨੀ ਕਿ ਕੱਚਾ ਬਣਾ ਕੇ ਨਾ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਨਦਾਮਤ ਹੈ ਗੁਨਾਹੋਂ ਪਰ ਮਗਰ ਨਾਜ਼ਾ ਹੂੰ ਕਿਸਮਤ ਪਰ ਮੇਰੇ ਹੱਥੋਂ ਮੇ ਹੈ ਦਾਮਨ ਤੁਮਹਾਰਾ ਯਾ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ ਦੇਖੋ ਮੁਬੀਨ ਭਾਈ ਮਾਸ਼ਾਅੱਲਾ ਨੰਨੇ ਮੁਨੀਆ ਕਲੀਆਂ ਅਸਲਾਮੁ ਅਲੈਕੁਮ ਵਾਲੇਕੁਮ ਅਸਲਾਮ ਮਾਸ਼ਾਅੱਲਾ ਜੀ ਕਿੰਨੇ ਜ਼ਿਆਦਾ ਕਲੀਆਂ ਮਸੂਮ ਸਿਰਫ ਨਲਕੇ ਦੀ ਖੁਸ਼ੀ ਮਾਸ਼ਾਅੱਲਾ ਇੰਨੇ ਬੱਚੇ ਦੇ ਲੋ ਜਮਾ ਹੋ ਗਏ ਜਮਾ ਤੇ ਨਲਕਾ ਅੱਜ ਦਾ ਜਿਹੜਾ ਇੱਥੇ ਲੱਗ ਰਿਹਾ ਔਰ ਇਸ ਤੋਂ ਕਿੰਨੀਆਂ ਫੈਮਲੀਆਂ ਇਸਤਿਫਾਦਾ ਹਾਸਲ ਕਰੂਗੀਆਂ ਬੇਸ਼ੁਮਾਰ ਜਿਨ੍ਹਾਂ ਦੀਆਂ ਗਿਣਤੀ ਸਮਝ ਲਓ ਇੱਕ ਅੰਦਾਜ਼ੇ ਨਾਲ ਵਜੂ ਕਿੰਨੇ ਘਰ ਹੋਣੇ ਆ ਤੁਹਾਡੇ ਮੇਰਾ ਖਿਆਲ ਕਮ ਅਜ ਕਮ ਆਓ ਪਰਲੇ ਮਿਲਾ ਕੇ 25-30 ਘਰ ਬਣ ਜਾਂਦਾ ਵਾ ਇੰਨੇ ਲੋਕਾਂ ਨੇ ਦੇਖ ਲਓ ਕਿ 30 ਘਰ ਆ ਤੇ ਨਲਕਾ ਇੱਕ ਵੀ ਨਹੀਂ ਹੈਗਾ ਇੱਕ ਵੀ ਨਹੀਂ ਔਰ ਅੱਲਾਹ ਪਾਕ ਦੀ ਰਹਿਮਤ ਅੱਜ ਮਾਸ਼ਾਅੱਲਾ ਸਰ ਗੁਲਾਮ ਅਹਿਮਦ ਔਰ ਮੈਨੂੰ ਜ਼ਾਹਿਰਾ ਫਿਰ ਦੋਸਤਾਂ ਨੇ ਚਲਾ ਗਿਆ ਕਿੰਨਾ ਕੁ ਤੁਹਾਨੂੰ ਸੁਭਾਅ ਹੋਣਾ ਲੋ ਜੀ ਮੁਬੀਨ ਭਾਈ 13 ਨਵੰਬਰ ਦਾ ਵਾਟਰ ਪ੍ਰੋਜੈਕਟ ਜੋ ਕਿ ਸਰ ਗੁਲਾਮ ਅਹਿਮਦ ਔਰ ਮੈਡਮ ਜ਼ਾਹਿਦਾ ਫਿਰਦੌਸ ਦੀ ਤਰਫੋਂ ਅਲਹਮਦੁਲਿਲਾ ਇਸ ਬਸਤੀ ਵਾਸਤੇ ਇਸ ਫੈਮਲੀਜ਼ ਵਾਸਤੇ ਲਗਾਇਆ ਗਿਆ ਜੀ ਔਰ ਦੇਖੋ ਕਿ ਕਿੰਨਾ ਜਨੂਨ ਔਰ ਜਜ਼ਬਾ ਨਜ਼ਰ ਆ ਰਿਹਾ ਕਿ ਬੱਚੇ ਵੀ ਖੜੇ ਮਾਵਾਂ ਵੀ ਭੈਣਾਂ ਵੀ ਔਰ ਸਾਡੇ ਨਾਲ ਜੀ ਆਪਾਂ ਨੂੰ ਤਾਂ ਖੁਸ਼ੀ ਹੈ ਹੀ ਹੈ ਵਾ ਬਾਜੀ ਨਾਲ ਕਿੰਨੀ ਖੁਸ਼ੀ ਹੈ ਨਾਲ ਬੜੀ ਮੈਨੂੰ ਖੁਸ਼ੀ ਬਹੁਤ ਖੁਸ਼ੀ ਹੈ ਅਲਹਮਦੁਲਿਲਾ ਤੁਸੀਂ ਜ਼ਿਆਦਾ ਇੱਥੇ ਕੋਸ਼ਿਸ਼ ਕਰ ਰਹੇ ਸੀ ਇਹਦੇ ਵਜ੍ਹਾ ਦੀ ਕੀ ਸੀ ਕਿ ਜ਼ਿਆਦਾ ਕੋਸ਼ਿਸ਼ ਤੇ ਲੱਗ ਜਵੇ ਇਹਦੀ ਵਜ੍ਹਾ ਕੀ ਸੀ ਪਾਣੀ ਤਾਂ ਪਿਆਸਾ ਸੀ ਨਾਨ ਤਾਂ ਤੰਗ ਸੀ ਕੱਪੜੇ ਤੋਂ ਲਾ ਦਿੱਤਾ ਸੀ ਨਾਨ ਲੱਗ ਪਾ ਸਾਡੇ ਬੱਚੇ ਨਾਲ ਲੱਗ ਜਾਗੇ ਕਹਿੰਦੇ ਬਾਜੀ ਕਿ ਪਾਣੀ ਤੋਂ ਤਰਸਤੇ ਸੀ ਪਾਣੀ ਤੋਂ ਪਿਆਸੇ ਨਾਲ ਮੁਬੀਨ ਭਾਈ ਕਿਉਂ ਨਾ ਬਜ਼ੁਰਗ ਬਜ਼ੁਰਗ ਪਾਣੀ ਦਾ ਫਾਇਦਾ ਹੋਊਗਾ ਇਨਸ਼ਾਅੱਲਾ ਬਹੁਤ ਬੜਾ ਫਾਇਦਾ ਸਹੀ ਬਹੁਤ ਫਾਇਦਾ ਜੀ ਗਾ ਇਹਨਾਂ ਦੇ ਕੋਟੀਆਂ ਜਰਸੀਆਂ ਦਾ ਵੀ ਸਿਆਲ ਹੈ ਮਾਰੇ ਬੰਦੇ ਨੇ ਗਰੀਬ ਵਿਚਾਰੇ ਸਹੀ ਸਹੀ ਇਹਨਾਂ ਦਾ ਕੋਈ ਸੋਚੋ ਮਾਰਿਆ ਗਰੀਬਾਂ ਦਾ ਸਾਡਾ ਰੱਬ ਤੋਂ ਸਿਵਾਏ ਤੁਹਾਡੇ ਤੋਂ ਸਿਵਾਏ ਕੋਈ ਨਹੀਂ ਹੈ ਜੀ ਅੱਲਾਹ ਪਾਕ ਮਦਦ ਕਰੋ ਇਹਨਾਂ ਦੀ ਅੱਲਾਹ ਸੋਣਾ ਜੇ ਭਈ ਆਪਾਂ ਦੇਖ ਰਹੇ ਹਾਂ ਅਕਸਰ ਹੀ ਬੱਚਿਆਂ ਦੇ ਦੇਖੋ ਨੰਗੇ ਪੈਰ ਕਈਆਂ ਦੇ ਉੱਪਰ ਦੇਖੋ ਨਿੱਕੇ ਨਿੱਕੇ ਕੱਪੜੇ ਵਿਚਾਰੇ ਜਿਹੜੇ ਫਟੇ ਹੋਏ ਜੈਕਟਾਂ ਸਟੋ ਸਰਦੀ ਹੁਣ ਸਟਾਰਟ ਹੋ ਚੁੱਕੀ ਹੈ ਕਿਉਂਕਿ ਮੁਬੀਨ ਭਾਈ ਇੱਕ ਤਾਂ ਮੁਲਕ ਪਾਕਿਸਤਾਨ ਸਮੋਗ ਦਾ ਬੜਾ ਮਸਲਾ ਹੈ ਔਰ ਦੂਸਰਾ ਫਿਰ ਸਰਦੀ ਦਾ ਇਨਕ ਬੜਾ ਹੈ ਜੀ ਸੌਂਦੇ ਦੇ ਕੋ ਮੰਜੇ ਕੋ ਬਿਸਤਰੇ ਕੋ ਕੱਪੜੇ ਛਪੜੇ ਨਾਲ ਦੇਣੇ ਚਾਹੀਦੇ ਨੇ ਕੋ ਸਕੂਲ ਦੀਆਂ ਵਰਦੀਆਂ ਅੱਲਾਹ ਤਾਲਾ ਸਾਨੇ ਫਰਮਾਏ ਆ ਬਿਹਤਰ ਹੋ ਗਿਆ ਪਾਣੀ ਦੇ ਅੰਦਰ ਹੋ ਗਿਆ ਅਲਹਮਦੁਲਿਲਾ ਅਲਹਮਦੁਲਿਲਾ ਹੁਣ ਤੁਹਾਨੂੰ ਇੱਕ ਈਮਾਨ ਅਫਰੋਜ਼ ਵਾਕਿਆ ਸੁਣਾਉਂਦਾ ਹਜ਼ਰਤ ਮੂਸਾ ਅਲੈਹ ਸਲਾਤੁ ਵਸਲਾਮ ਦਾ ਦੌਰ ਸੀ ਅੱਲਾਹ ਪਾਕ ਨੇ ਮੂਸਾ ਨੂੰ ਕਿਹਾ ਕਿ ਜੰਗਲ ਦੇ ਅੰਦਰ ਮੇਰਾ ਇੱਕ ਦੋਸਤ ਫੋਤ ਹੋ ਗਿਆ ਕਿ ਮੂਸਾ ਬੰਦੇ ਲੈ ਕੇ ਉੱਥੇ ਪਹੁੰਚ ਜਾਓ ਹਜ਼ਰਤ ਮੂਸਾ ਅਲੈਹ ਸਲਾਤੁ ਵਸਲਾਮ ਤੇ ਪਿੰਡ ਦੇ ਕੁਝ ਬੰਦੇ ਨਾਲ ਲੈ ਤੇ ਉਹ ਜੰਗਲ 'ਚ ਚਲੇ ਗਏ ਜਾ ਕੇ ਦੇਖਿਆ ਕੋਈ ਆਹ ਬੰਦਾ ਫੋਤ ਹੋ ਗਿਆ ਇਹ ਤਾਂ ਗੁਨੇਗਾਰ ਚੋਰੀ ਡਕੈਤੀ ਜ਼ਾਨੀ ਸ਼ਰਾਬੀ ਆਹ ਬੰਦਾ ਨਹੀਂ ਨਹੀਂ ਅਸੀਂ ਨਹੀਂ ਜਨਾਜ਼ਾ ਪੜਨਾ ਨਾ ਇਹਨੂੰ ਗੁਸਲ ਦੇਣਾ ਵਾ ਅੱਲਾਹ ਪਾਕ ਦਾ ਹੁਕਮ ਹੋਇਆ ਕਿ ਇਹ ਬੰਦਾ ਮੈਨੂੰ ਬਹੁਤ ਮਹਿਬੂਬ ਆ ਇਹਦਾ ਤੁਸੀਂ ਹਰ ਸੂਰਤ ਜਾ ਕੇ ਨਮਾਜ਼ ਜਨਾਜ਼ਾ ਪੜੋ ਜਦੋਂ ਪਿੰਡ ਵਾਲਿਆਂ ਨੇ ਪੁੱਛਿਆ ਕਿ ਅੱਲਾਹ ਕੋਲੋਂ ਪੁੱਛੋ ਤਾਂ ਸਹੀ ਕਿ ਇਹਦੀ ਕਿਹੜੀ ਅਦਾ ਪਸੰਦ ਆ ਗਈ ਸੀਗੀ ਇੰਨਾ ਜ਼ਿਆਦਾ ਅੱਲਾਹ ਪਾਕ ਨੇ ਪੈਗਾਮ ਭੇਜਦਾ ਜਦੋਂ ਪੁੱਛਿਆ ਤੇ ਜਾ ਕੇ ਅੱਲਾਹ ਨੇ ਕਿਹਾ ਕਿ ਜਦੋਂ ਮੌਤ ਦਾ ਵਕਤ ਕਰੀਬ ਸੀ ਨਾ ਸੱਜੇ ਦੇਖਿਆ ਕੋਈ ਵੀ ਨਹੀਂ ਖੱਬੇ ਦੇਖਿਆ ਕੋਈ ਵੀ ਨਹੀਂ ਮੇਰੀ ਤਰਫ ਰੋ ਕੇ ਪੁਕਾਰਿਆ ਕਿ ਮੇਰੇ ਅੱਲਾਹ ਮੈਨੂੰ ਮਾਫ ਕਰ ਦੇ ਅੱਲਾਹ ਕਹਿੰਦੇ ਕਿ ਅਗਰ ਜੇ ਭਈ ਉਸ ਦਿਨ ਬੰਦਾ ਮੇਰਾ ਕਹਿ ਦਿੰਦਾ ਕਿ ਅੱਲਾਹ ਪੂਰੀ ਦੁਨੀਆ ਨੂੰ ਬਖਸ਼ਦਾ ਮੈਂ ਉਸ ਦਿਨ ਪੂਰੀ ਦੁਨੀਆ ਨੂੰ ਵੀ ਬਖਸ਼ਦਾ ਸੀ ਇੰਨੀ ਮੁਹੱਬਤ ਅੱਲਾਹ ਪਾਕ ਆਪਣੇ ਬੰਦਿਆਂ ਨਾਲ ਕਰਦੇ ਆ ਦੇਖੋ ਮੁਬੀਨ ਭਾਈ ਬਜ਼ੁਰਗ ਕਹਿ ਰਹੇ ਸੀਗੇ ਇਹਨਾਂ ਦੇ ਵਿੱਚੋਂ ਅਕਸਰੀਅਤ ਜਿਹੜੀਆਂ ਫੈਮਲੀ ਨਾ ਨੀਚੇ ਸੌਂਦੀਆਂ ਆ ਮਾਰੇ ਇੱਕ ਵਾਰੀ ਕਰੀਬ ਲੈ ਕੇ ਆਇਓ ਯਾਨੀ ਕਿ ਆਨ ਅਸਲਾਮ ਅਲੈਕਮ ਦੇਖੇ ਨੀਚੇ ਮੁਬੀਨ ਭਾਈ ਯਾਨੀ ਕਿ ਨਾ ਆ ਇੱਟ ਦਾ ਯਾਨੀ ਕਿ ਕੱਚਾ ਬਣਾ ਕੇ ਨਾ ਯਾਨੀ ਕਿ ਕੱਚਾ ਬਣਾ ਕੇ ਫਿਰ ਉੱਤੇ ਯਾਨੀ ਕਿ ਭਾਈ ਦੇਖ ਲਓ ਚਾਦਰ ਇਹਨਾਂ ਦੇ ਵੀ ਦੇਖਿਆ ਤੁਸੀਂ ਕਿੰਨੇ ਸਾਰਾ ਘਰ ਆ ਬੇਸ਼ੁਮਾਰ ਯਾਨੀ ਕਿ ਫੈਮਲੀ ਦਾ ਜੀ ਇੱਕ ਉਹ ਗੁੱਠ ਤੇ ਨਲਕਾ ਲਵਾਣਾ ਐਨ ਨੂੰ ਕਰ ਸਹੀ ਇਨਸ਼ਾਅੱਲਾ ਸਾਡੇ ਮੇਰੇ ਬੱਚੇ ਲਾਵਾਂਗੇ ਲਾਵਾਂਗੇ ਆਜ ਹੁਣ ਇੱਕ ਵਾਰੀ ਨਲਕੇ ਕੋ ਦੁਆ ਕਰੀਏ ਫਿਰ ਇਨਸ਼ਾਅੱਲਾ ਆ ਜਾਓ ਬੱਚਿਓ ਆਦੇ ਵੀ ਆ ਜਾਓ ਬੱਚਿਓ ਦੁਆ ਮੰਗੀਏ ਲਓ ਜੀ ਜੇ ਪੀ ਇਹ ਨਬੀ ਦੇ ਗੁਲਾਮ ਅੱਲਾ ਪੁੱਤਰ ਜੀ ਤੈਨੂੰ ਕਾਮਯਾਬ ਕਰੇ ਆਮੀਨ ਮਾ ਜੀ ਆਮੀਨ ਅੱਲਾ ਨੂੰ ਕਬੂਲ ਕਰੇ ਤੇ ਸਾਡੀ ਵੀ ਦੁਆ ਪੁੱਤਰ ਆਮੀਨ ਅੱਲਾ ਨਲਕੇ ਦੀ ਖੁਸ਼ੀ ਚ ਤਾਂ ਨੀ ਮਿੱਠੇ ਚਾਵਲ ਖਾ ਰਹੇ ਨਲਕੇ ਦੀ ਖੁਸ਼ੀ ਦੇ ਅੰਦਰ
لو جی بھیا ہوں میں دعا کروانا سارے بندے بھی آمین کہو ہو سکتا اللہ کسی دی آمین قبول فرما آمین آمین لو اپنے رب دے ہاتھ چکیے اللہ اللهم صلی علی محمد و علی محمد و بارک وسلم وصلی علی اے میرے لا اج دا جڑا واٹر پروجیکٹ جو کہ سر غلام احمد اور میڈم زاہدہ فردوس دی طرفوں لگایا گیا اپنی بارگاہ قبول فرما مولا نعم البدل بزرگاں نو بالخصوص سر غلام احمد اور میڈم زاہدہ فردوس نو صحت و سلامتی والی لمبی زندگی عطا فرما مولا دنیا دے اندر لوگاں نو پانی پلا رہے نے کل قیامت والے دن نبی پاک صلی اللہ علیہ وسلم دے ہتھاں مبارکہ چ حوضے کو سر عطا فرما مولا کتنی فیملیاں مجبور نے چھوٹی چھوٹی خوشیاں دے کنا خوش ہو رہی نے مولا جو بھی انہاں دیاں پریشانیاں کوئی کپڑیاں دے حوالے نہ پریشان کوئی جتیاں دے حوالے نہ پریشان کوئی مولا خیمیاں دے اندر بستر دے حوالے نہ پریشان سخت سردی دے اندر مولا غیبی امداد فرما کے انہاں دیاں ساریاں پریشانیاں دور فرما آمین وصلی اللہ تعالی علی خیر خلق محمد و صحابہ چلو بچو میں کہوں گا نعرہ تکبیر تسی کرنا اللہ اکبر نعرہ تکبیر نعرہ تکبیر اللہ اکبر ہمیشہ اللہ پاک دا نام بلندی اللہ اکبر